ਅਮਰੀਕ ਸਿੰਘ ਪਿੰਡ ਅਵਾਨ ਭੁੱਖੇ ਸ਼ਾਹ 70 ਸਾਲ ਮੁਸ਼ਕਲ ਅੱਖਾਂ ਦੇ ਅੱਗੇ ਨਾ ਮੱਖੀਆਂ ਜੀ ਭਿਣਕਦੀਆਂ ਨੇ ਦੋ ਅੱਖਾਂ ਦੇ ਅੱਗੇ ਅਤੇ ਨਹੀਂ ਕੰਮ 'ਚ ਆਪਰੇਸ਼ਨ ਮਤਲਬ ਕਰਵਾਇਆ ਹੱਥ ਦਿਖਾਇਆ ਅਤੇ ਉੱਥੇ ਵੀ ਇਹੋ ਹੀ ਮਤਲਬ ਉਹਨਾਂ ਲੈਂਜ ਪਾਏ ਨੇ ਦੋ ਅੱਖਾਂ ਦੇ ਇਹੋ ਮੁਸ਼ਕਲ ਹੈ ਸਿਰਫ ਜਿਹੜੀ ਅੱਖਾਂ ਦੇ ਅੱਗੇ ਮੱਖੀਆਂ ਦੀਆਂ ਭਿਣਕਦੀਆਂ ਦੋ ਅੱਖਾਂ ਸਾਹਮਣੇ ਦੋ ਅੱਖਾਂ ਅੱਗੇ ਮੱਖੀਆਂ ਦੀਆਂ ਭਿਣਕਦੀਆਂ ਮਾੜੀ ਮਾੜੀਆਂ ਉਹ ਨਜ਼ਰ ਵੈਸੇ ਸਹੀ ਹੈ
ਸਫਾਈ ਹੋਣ ਵਾਲੀ ਬਸ। ਡਾਕਟਰ ਨੇ ਦੱਸਿਆ ਵੀ ਤੁਹਾਡਾ ਉੱਥੇ ਜਲੰਧਰ ਤੁਹਾਡਾ ਹੋਏਗਾ, ਸਫਾਈ ਹੋਏਗੀ ਅੱਖਾਂ ਨੂੰ। ਨਾ ਕੋਈ ਪੈਸਾ ਨਹੀਂ ਚੈੱਕ ਤਾਂ ਹੁਣ ਉੱਥੇ ਕੀਤਾ ਮੈਡਮ ਨੇ ਚੈੱਕ ਕੀਤਾ, ਉਹਨੇ ਕਿਹਾ ਵੀ ਤੁਹਾਡਾ ਇੱਕ ਅੱਖ ਦੀ ਚਿਲੀ ਵਧੀ ਅਤੇ ਤੁਸੀਂ ਜਲੰਧਰ ਜਾ ਕੇ ਅਤੇ ਤੁਸੀਂ ਆਪਣਾ ਕਰਾ ਲਓ। ਵਧੀਆ ਲੱਗਾ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਕੰਮ ਕਰ ਰਹੇ ਹੋ। ਬਲਵੀਰ ਪਾਲ ਜੀ 48 ਸਾਲ ਬੇਗੂ ਵਾਲੇ, ਕੰਮ ਮਿਹਨਤੀ ਦਿਹਾੜੀ ਸਫਾਈ, ਅੱਖ ਤੋਂ ਦੇਖਦਾ ਬਹੁਤ ਘੱਟ ਜੀ ਤੂੰ। ਪਰਸ਼ਨ ਕਰਨਾ ਕਹਿੰਦੇ ਜੀ ਨਹੀਂ ਜੀ, ਹਾਂਜੀ ਨਹੀਂ ਜੀ, ਬਹੁਤ ਵਧੀਆ ਲੱਗਾ ਜੀ। ਸਾਡਾ ਕੋਈ ਪੈਸਾ ਤਾਂ ਨਹੀਂ ਲੈਣਾ ਇਹਨਾਂ ਨੇ, ਨਗਰ ਪਾਲੀ ਇਹਨਾਂ ਨੇ ਸਕੋਲਾ ਲੈ ਕੇ ਜਾਣਾ, ਛੱਡ ਕੇ ਜਾਣਾ ਸਾਨੂੰ ਜੀ। ਮੇਰਾ ਨਾਂ ਚੰਨਣ ਕੌਰ ਬੇਗਵਾਲ, 58 ਸਾਲ, ਡਾਕਟਰ ਨੇ ਦੱਸਿਆ ਕਿ ਚਿੱਟਾ ਮੋਤੀਆ ਹੈ, ਆਪਰੇਸ਼ਨ ਹੋਏਗਾ। ਹਾਂਜੀ ਦਿਖਾਇਆ ਸੀ, ਭਲੱਥ ਵੀ ਵਿਖਾਇਆ ਸੀ ਅਤੇ ਬਿਆਸ ਵੀ ਵਿਖਾਇਆ ਸੀ, ਉਹਨਾਂ ਵੀ ਇਹੀ ਦੱਸਿਆ ਕਿ ਚਿੱਟਾ ਮੋਤੀਆ ਹੈ, ਆਪਰੇਸ਼ਨ ਕਰਾ ਲਓ। ਅਤੇ ਇਹਨਾਂ ਨੇ ਆਖਿਆ ਕਿ ਅਸੀਂ ਆਪਣੀ ਜ਼ਿੰਮੇਦਾਰੀ 'ਤੇ ਖੜਾਂਗੇ, ਨਾਲ ਲੈ ਕੇ ਵੀ ਆਵਾਂਗੇ। ਹਾਂਜੀ ਕਿਸੇ ਗੱਲ ਦੀ ਨਹੀਂ, ਕਿਸੇ ਕੋਈ ਪੈਸਾ ਨਹੀਂ, ਕਹਿੰਦੇ ਫਰੀ ਅਸੀਂ ਖੜਾਂਗੇ, ਫਰੀ ਲੈ ਕੇ ਆਵਾਂਗੇ, ਕਿਸੇ ਨੂੰ ਨਾਲ ਜਾਣ ਦੀ ਲੋੜ ਵੀ ਨਹੀਂ। ਹਾਂਜੀ ਵਧੀਆ ਲੱਗਦਾ ਹੈ, ਵਧੀਆ ਲੱਗਦਾ, ਬਹੁਤ ਵਧੀਆ ਲੱਗਦਾ। ਹਾਂਜੀ ਬਾਬੂ ਸਿੰਘ ਬੇਗੋਆ, ਉਮਰ 65 ਸਾਲ। ਮੁਸ਼ਕਲ ਕੀ ਸੀ ਅੱਖਾਂ, ਕੀ ਦੁੱਖ ਸੀ? ਹਾਂਜੀ ਦੁੱਖ ਕੀ ਸੀ ਅੱਖਾਂ ਦਾ? ਦਿਸਦਾ ਘੱਟ ਪ੍ਰੋਮਲ ਜੀ, ਇੱਦਾਂ ਦੀ ਅੱਖਾਂ ਦੇ ਵਿੱਚ ਧੁੰਦਲਾ ਜਿਹਾ, ਅਤੇ ਜਿਸ ਤਰ੍ਹਾਂ ਜ਼ਿਆਦਾ ਜਿਹਾ। ਡਾਕਟਰ ਨੂੰ ਦਿਖਾਇਆ, ਕੀ ਦੱਸਿਆ ਡਾਕਟਰ ਨੇ? ਡਾਕਟਰ ਨੇ ਜਿਸ ਤਰ੍ਹਾਂ ਇਸ ਅੱਖ ਨੂੰ ਵੇਖ ਕੇ ਨਾ, ਅਤੇ ਉਹਨਾਂ ਆਖਿਆ ਸੱਜੀ ਅੱਖ ਦਾ ਆਪਰੇਸ਼ਨ ਕਰਾ ਦਿਓ। ਕੀ ਚੈੱਕ ਕਰਨਾ? ਉਹਨਾਂ ਚੈੱਕ ਕੀਤਾ ਸ਼ੂਗਰ, ਬੀ ਪੀ। ਅਤੇ ਇੱਕ ਆਹੋ ਇੱਕ ਤੁਹਾਨੂੰ ਮੈਂ ਗੱਲ ਦੱਸ, ਕੋਈ ਕਿਸੇ ਨੇ ਪੈਸਾ ਤਾਂ ਨਹੀਂ? ਨਹੀਂ। ਕੀ ਵਿਚਾਰ ਨੇ, ਕਿੱਦਾਂ ਦਾ ਉਪਰਾਲਾ ਲੱਗਦਾ ਜਿਹੜੇ ਬਾਹਰੋਂ ਸੇਵਾ ਕਰ ਰਹੇ ਨੇ ਇੱਥੇ ਆ ਕੇ, ਕਿੱਦਾਂ ਦਾ ਲੱਗਦਾ? ਇਹ ਤਾਂ ਹੁਣ ਠੀਕ ਲੱਗਦਾ।